ਜੁਗਲ ਹੈ ਹਲੋ ਹਲੋ ਹੈਲੋ ਹਾਂ ਅਫਜ਼ਲਤ ਹਾਂ ਹਾਂ ਬੋਲ ਉਹ ਯਾਰ ਤੇਰੀ کریم ਨਾਲ ਮੁਲਾਕਾਤ ਹੋਈ ਏ ਹਾਂ ਹਾਂ ਹੋਈ ਏ ਕੀ ਗੱਲ ਖੈਰ ਆ ਉਹ ਯਾਰ ਮੈਂ ਉਹਨੂੰ ਕੱਲ ਵੇਖਿਆ ਮਾਰਕੀਟ 'ਚ ਯਾਰ ਉਹਦੇ ਹੱਥ 'ਚ ਇੰਨੀਆਂ ਨੇ ਸ਼ਾਪਰ ਕੱਪੜੇ ਸੂਟ ਉਹਨੇ ਪਾਇਆ ਲਾਇਆ ਦੀ ਬੜਾ ਸੋਹਣਾ ਨਾਲ ਡਰਾਈ ਫਰੂਟ ਨਾਲ ਫਲ ਮੈਂ ਇਹ ਜ ਕਰਕੇ ਉਹਨੂੰ ਮਿਲਣ ਆ ਸੰਗਿਆ ਤੇ ਮੈਂ ਵੇਖਿਆ ਹੋਂਦਾ ਸਿਵਕ 'ਚ ਬੈ ਗਿਆ ਯਾਰ ਮੈਂ ਕੋਲ ਗਿਆ ਭਾਈ ਉਹ ਸੇਠ ਆਦਮੀ ਬਣ ਗਿਆ ਅੱਛਾ ਜੀ ਲੱਗਦਾ ਤੈਨੂੰ ਪਤਾ ਨਹੀਂ ਹੋ ਫਿਰ ਉਹਨੇ ਇੱਕ بیਵਾਨਾ ਵਿਆਹ ਕੀਤਾ ਹੀ ਉਹ ਮਜੇਦ ਨਹੀਂ ਸੀ ਡਬਲ ਐਸਲਾ ਜਿਹੜਾ ਫੌਤ ਹੋਇਆ ਹੈ ਹਾਂ ਉਹ ਭਾਈ ਉਹਦੀ بیਵਾਨਾ ਵਿਆਹ ਕੀਤਾ ਹੀ ਜੋ ਕਰੋੜਾ ਰੁਪਈਆ ਜਦਾਦ ਛੱਡ ਗਈ ਤਿੰਨ ਤੇ ਪਤਾ ਜਦਾਦ ਸਾਰੀ بیوی ਦੇ ਹਿੱਸੇ ਬੱਚੀ ਬਚਾ ਹੈ ਕੋਈ ਨਹੀਂ ਤੇ ਅੱਜ ਕੱਲ ਉਸੇ ਜਦਾਦ ਤੇ ਅਫਸਰ ਇੰਜੋਏ ਕਰ ਰਿਹਾ ਹੈ ਫੁੱਲ ਸ਼ਬਸ਼ਮਾਬ ਭਾਈ ਥਾਂ ਥਾਂ ਤੇ ਨੋਟਨ ਸ਼ਾਵਰ ਕਰ ਰਿਹਾ ਹੈ ਅੱਛਾ ਇਹਦਾ ਮਤਲਬ ਹੈ ਕਿ ਬਿਆਨ ਉਹਨੇ ਵਿਆਹ ਕਰ ਲਿਆ ਤੇ ਉਹ ਕਰੋੜਾਂ ਰੁਪਈਆ ਛੱਡ ਕੇ ਮਰਿਆ ਤੇ ਯਾਸ਼ੀਆ ਕਰ ਰਹੇ ਉਹਦੇ ਮਾਲ ਤੇ ਉਹ ਆਹ ਭਾਈ ਉਹਦੀਆਂ ਤੇ ਪੰਜਾਂ ਹੀ ਕਿਉਂ ਉਸਨੇ ਮੋੜੀ ਗੱਲ ਹੈ ਭਾਈ ਚਲ ਠੀਕ ਹੈ ਓਕੇ ਫਿਰ ਆਪੇ ਮੁਲਾਕਾਤ ਹੋਏਗੀ ਅੱਲਾ ਹਫਿਜ਼ ਉਹ ਗੱਲ ਸੁਣ ਹਾਂ ਮੈਨੂੰ ਤੇਰੇ ਚ ਸਾਰਾ ਨਕਸ਼ਾ ਮਜੀਦ ਵਾਲਾ ਨਜ਼ਰ ਆਉਣ ਦੇ ਹੀ ਤੇ ਇਸ ਨਾ ਤੇਰੀ ਵੀ ਕਰੋੜਾਂ ਦੀ ਜਾਇਦਾਦ ਤੇ ਵੀ ਬਾਲ ਬੱਚਾ ਕੋਈ ਨਾ ਓਕੇ ਓਕੇ ਕਹਿ ਰਹੇ ਆ ਯਾਰ ਤੂੰ ਜਾਇਦਾਦ ਤੇ ਫਿਰ ਉਹ ਹੀ ਖਾਏਗਾ ਨਾ ਯਾਸ਼ੀਆਂ ਤੇ ਉਹਨੇ ਹੀ ਮਾਰਦੀਆਂ ਨਾ ਇਸ ਤੋਂ ਪਹਿਲੇ ਚੰਗਾ ਕਿ ਤੂੰ ਆਪ ਹੀ ਯਾਸ਼ੀਆਂ ਮਾਰ ਲੈ ਆਪ ਹੀ ਖਾ ਪੀ ਲੈ ਦੁਨੀਆ ਵੇਖ ਬਾਗਲਾ ਜਾਇਦਾਦਾਂ ਨਾ ਵੇਖ ਇਕੱਠੇ ਨਾ ਕਰ ਉਜਾੜ ਦੇ ਕੀ ਕਹਿ ਰਹੇ ਏ ਤੂੰ ਇਹ ਵੀ ਡਰਾਉਣ ਵਾਲੀਆਂ ਗੱਲਾਂ ਨਾ ਕਰ ਅੱਛਾ ਯਾਰ ਤੂੰ ਬੰਦ ਕਰ ਹੈ ਓਕੇ ਮਿਲ ਕੇ ਗੱਲ ਕਰਾਂਗੇ ਇਹ ਅਫਜ਼ਲ ਵੀ ਸਹੀ ਕਹਿ ਰਹੇ ਹੈ ਐਨ ਤੇ ਤੂੰ ਵੀ ਤੇ ਆਂ ਘਰ ਤੇਰੀ ਵੀ ਦੌਲਤ ਜਾਇਦਾਦ ਵੜੀ ਏ ਗੱਲ ਤੇ ਦੀ ਸੁਟਣ ਵਾਲੀ ਨਹੀਂ ਹੈ ਗੱਲ ਤੇ ਦੀ ਪਤੇ ਦੀ ਏ ਜੇ ਕੱਲ ਮੈਂ ਮਰ ਗਿਆ ਤੇ ਮੇਰੀ ਤੇ ਸਾਰੀ ਦੌਲਤ ਜਾਇਦਾਦ ਮੇਰਾ ਪੈਸਾ ਤੇ ਲਾ ਇੱਕ ਮੇਰੇ ਪਿੱਛੋਂ ਕੰਜਰ ਖਾਏਗਾ ਨਹੀਂ ਸਰਫਾ ਕਰ ਕਰ ਸੁੱਤੀ ਤੇ ਆਟਾ ਲਹਿ ਗਈ ਕੁੱਤੀ ਨਹੀਂ ਤੂੰ ਕਿਤੇ ਸੁੱਤੀ ਬੇਗਾਨ ਬੇਗਮ ਹਾਂਜੀ ਕੀ ਕਰਨ ਲੱਗੇ ਹੋ ਮੈਂ ਰੋਟੀ ਬਣਾਣ ਲੱਗੀ ਆਟਾ ਗੱਟ ਕੇ ਰੋਟੀ ਹਾਂਜੀ ਰੋਟੀ ਨਹੀਂ ਬਣਾਉਣੀ ਅੱਛਾ ਮੇਰੇ ਵਾਸਤੇ ਵੀ ਪਰਾਠਾ ਬਣਾ ਆਪਣੇ ਵਾਸਤੇ ਵੀ ਪਰਾਠਾ ਬਣਾ ਹਾਂ ਕੀ ਕਹਿ ਰਹੇ ਹੋ ਸੁਣ ਨਹੀਂ ਰਹੀ ਅੱਛਾ ਚਲ ਪਰਾਠਾ ਬਣਾਉ ਮੈਂ ਬਣਾ ਦੇਣੀ ਤੇ ਕਿਹੜਾ ਬਣਾਏਗੀ ਬਣਾਣਾ ਉਹ ਫ੍ਰਿਜ ਨਾਲ ਸੁੱਟ ਦੇ ਰਗੀ ਘਰੀ ਜਾ ਦੇ ਛੋਟੀ ਹੈ ਤੈਨੂੰ ਵੱਡੀ ਲੈ ਕੇ ਦੇਵਾਂਗਾ ਮੈਂ ਟਿਕਾ ਨਾ ਇਹਨੂੰ ਫਰਿਜ ਨੂੰ ਟਿਕਾ ਦਈਏ ਵੱਡੀ ਐ ਕਰਕੇ ਖੋਲਣ ਵਾਲੀ ਐ ਕਰਕੇ ਡਬਲ ਡੋਰ ਵਾਲੀ ਐਡਾ ਵੱਡਾ ਦਿਲ ਮੇਰਾ ਦਿਲ ਵੱਡਾ ਹੋ ਗਿਆ ਤੈਨੂੰ ਪਰਾਠੇ ਲਗਾਉਣੇ ਆ ਪਰਾਠਾ ਬਣਾ ਪਲੇ ਮੈਂ ਬਣਾ ਦੇਣੀ ਹੁਣੇ ਬਣਾ ਦੇਣੀ ਮੈਂ ਕਿਹੜਾ ਅਰੇ ਬਲਾਨਾ ਕਿ ਉਹ ਗੜਾ ਲਾਏਂਗੀ ਕਿਉਂ ਉਹ ਵੀ ਤੁਸੀਂ ਕਿਹਾ ਤੇ ਹੋਇਆ ਕਿ ਪਰਾਠੇ ਨੂੰ ਕਿਉਂ ਦੂਰੋਂ ਸਿਰਫ ਬਖਾਉਣਾ ਹੈ ਉਹ ਵੀ ਬਣਾ ਜਲਈ ਨਹੀਂ ਉਹਨੂੰ ਬਖਾਉਣਾ ਨਹੀਂ ਹਾਂਜੀ ਹੁਣ ਪਰਾਠੇ ਨੂੰ ਕਿਉਂ ਜ ਖੁਦਕੁਸ਼ੀ ਕਰਾਉਣੀ ਹੈ ਤੂੰ ਚੁਬੀਆਂ ਰਵਾਣੀਆਂ ਨੇ ਸਾਰਾ ਆਵੇ ਉਹਨੂੰ ਪਰਾਠਾ ਮੇਰਾ ਬਣਾਏ ਜੀ ਜਦੋਂ ਮੇਰੇ ਕੋਲ ਆਵੇ ਤੇ ਐ ਕਰਕੇ ਕਿਉਂ ਨੁਛੜਦਾ ਹੋਵੇ ਐਨ ਨੁਛੜਦਾ ਹੋਵੇ ਅੱਜ ਤੋਂ ਬਾਅਦ ਆਈਂਦਾ ਪਰਾਠਾ ਬਣਨਾ ਇਸ ਘਰ ਚ ਹਾਂਡੀ ਐ ਕਿਉਂ ਦੇਸੀ ਪਾਉਣਾ ਤੂੰ ਡਲਡਾ ਮੇਰੇ ਘਰੋਂ ਬਾਹਰ ਕੱਢ ਦੇ ਮੈਂ ਤੈਨੂੰ ਦੇਸੀ ਕਿਉਂ ਤੇ ਦੋ ਕਨਸਤਰ ਹੋਰ ਲੈ ਆ ਰਿਆਂ ਕੀ ਕਹਿ ਰਹੇ ਹੋ ਇੰਨਾ ਜ਼ਿਆਾ ਕਰਨਾ ਤੁਸੀਂ ਕਿਉਂ ਦਾ ਖੈਰ ਏ ਤੁਹਾਨੂੰ ਉਦਾਂ ਤੇ ਤੁਸੀਂ ਅੱਗੇ ਮੈਨੂੰ ਕਿਉਂ ਇਸਤੇਮਾਲ ਨਹੀਂ ਸੀ ਕਰਨ ਦਿੰਦੇ ਮੈਂ ਕਿ ਉਹ ਲਾਣ ਤਾਂ ਕਹਿੰਦੀ ਸੀ ਤਾਂ ਕਹਿੰਦੇ ਸੀ ਸਿਰਫ ਬੁੱਲਾਂ ਤੇ ਲਾ ਕੇ ਬਾਹਰ ਨਿਕਲਣਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਦੇਸੀ ਘਿਓ ਖਾ ਕੇ ਆਈ ਉਹ ਤੇ ਮੈਂ ਤਾਂ ਕਹਿੰਦਾ ਤੇਰੇ ਬੁੱਲ ਤਰ ਲੈਣ ਅੱਛਾ ਉਸਕਾ ਨਾ ਨਰਮ ਰਨ ਪਨ ਖੜੀਆਂ ਆ ਰਹਿ ਰਹੀ ਅੱਛਾ ਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੇਰੀਆਂ ਅਡੀਆਂ ਖਰਾਬ ਹੋ ਗਈਆਂ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਮੈਂ ਥੋੜਾ ਜਿਹਾ ਦੇਸੀ ਘਿਓ ਲਾ ਲਾ ਤੇ ਤੁਸੀਂ ਕਹੇ ਸੀ ਮੈਂ ਤੇਰੀਆਂ ਅਡੀਆਂ ਵੜਨੀਆਂ ਨਹੀਂ ਇਹ ਉਦੋਂ ਦੀ ਗੱਲ ਹੈ ਨਾ ਹੁਣ ਭਾਵੇਂ ਇੱਥੇ ਤੱਕ ਪਿੰਨੀਆਂ ਤੱਕ ਘਿਓ ਚ ਡਬੋ ਕੇ ਰੰਗ ਗਰਮ ਕਰ ਘਿਓ ਉਹਦੇ ਵਿੱਚ ਬਾਦੀ ਵਿੱਚ ਉਸ ਕੰਜਰ ਨਹੀਂ ਖਾਣਾ ਕਿਹੜੇ ਕੀ ਕੀ ਹੋਇਆ ਇਹਨਾਂ ਨੂੰ ਕਿਧਰ ਕੁ ਲੜਾਂ ਥਾ ਨਹੀਂ ਬਣਾਣਾ ਤੂੰ ਮੈਂ ਬਣਾ ਲਕੀ ਆ ਕੈਨਸਲ ਪ੍ਰੋਗਰਾਮ ਨਹੀਂ ਨਹੀਂ ਜਾਨ ਕੈਨਸਲ ਪ੍ਰੋਗਰਾਮ ਅੱਛਾ ਆਓ ਕੀ ਨਾਸ਼ਤਾ ਅੱਜ ਤੈਨੂੰ ਮੈਂ ਬਾਹਰੋਂ ਕਰਾਵਾਂਗਾ ਬਾਹਰ ਹਾਏ ਕੀ ਮਤਲਬ ਨਾਸ਼ਤਾ ਜੀ ਆਪਾਂ ਕਰਨੇ ਆ ਬਾਹਰ ਅੱਛਾ ਦੇਸੀ ਘਿਓ ਦੀ ਹਲਵਾ ਪੂੜੀ ਹੈ ਬੋਂਗ ਪਾਵੇ ਹੈ ਮਗਜ਼ ਹੈ ਅੱਗੇ ਤੂੰ ਮੇਰਾ ਬਹੁਤ ਖਾਦਾ ਹੈ ਅੱਜ ਤੈਨੂੰ ਮੈਂ ਬਾਹਰ ਦਾ ਖੋਣਾ ਹੈ ਮਗਜ਼ ਨਲੀਆਂ ਛੋਟੇ ਪਾਵੇ ਉਹਦੇ ਤੇ ਕਿੰਨੇ بڑے ਪੈਸੇ ਲੱਗ ਜਾਣੇ ਨੇ ਓਏ ਲੱਗਣ ਦੇ ਬਾਅਦ ਚ ਵੀ ਦੋਸ ਪੰਜਰ ਨਹੀਂ ਖਾਣੇ ਆ ਕੀ ਕੀ ਕਹੀ ਜਾ ਰਹੇ ਹੋ ਅੱਗੇ ਤੇ ਮੈਂ ਤੁਹਾਨੂੰ ਕਹਿਦੀ ਸੀ ਕਿ ਮੇਰਾ ਅੱਜ ਬੜਾ ਦਿਲ ਕਰ ਰਿਹਾ ਬਾਹਰ ਨਾਸ਼ਤਾ ਕਰਨ ਤੇ ਮੈਨੂੰ ਕਿਤੇ ਸਿਰੇ ਪਾਵੇ ਖਵਾ ਦਿਓ ਤੇ ਅੱਗੇ ਤੁਸੀਂ ਮੈਨੂੰ ਮੁਰਗੀਆਂ ਦੇ ਪੰਜੇ ਲਿਆ ਕੇ ਦਿੰਦੇ ਸੀ ਹੁਣ ਸਿਰੇ ਪਾਵੇ ਨਲੀਆਂ ਬੋਂਗ ਖੈਰ ਹੀ ਤੁਹਾਡੀ ਤਬੀਅ ਠੀਕ ਹੈ ਨਾ ਤੁਹਾਨੂੰ ਬੁਖਾਰ ਤੇ ਨਹੀਂ ਨਾ ਨਹੀਂ ਨਹੀਂ ਮੈਨੂੰ ਬੁਖਾਰ ਨਹੀਂ ਮੈਂ ਇਹਨੀ ਜ਼ਿੰਦਗੀ ਉਹ ਠੀਕ ਆ ਵੇਖ ਆ ਰਿਹਾ ਵੇ ਚਾਰ ਦੇ ਕੀ ਤੁਹਾਨੂੰ ਏਡੀ ਅੱਗੇ ਤੇ ਤੁਸੀਂ ਮੈਨੂੰ ਬਚਤ 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 ਕਰੀ ਜਾਂਦੇ ਸੀ ਹਰ ਸ਼ਾਇਦ ਤੁਸੀਂ ਬਚਤ ਕਰਾਉਂਦੇ ਸੀ ਹੁਣ ਤੁਸੀਂ ਖੈਰ ਇਹ ਤੁਹਾਨੂੰ ਕੋਈ ਹਾਡੀਆਂ ਵੀ ਦੇ ਸੀ ਕਿ ਉਹ ਦੀਆਂ ਪਰਾਠੇ ਵੀ ਦੇ ਸੀ ਕਿ ਉਹ ਦੇ ਤੇ ਨਾਸ਼ਤੇ ਵੀ ਵਾਰ ਬਸ ਤੂੰ ਦਿਲ ਦੀਆਂ ਖਵਾਇਸ਼ਾਂ ਦੱਸੀ ਜਾ ਡਬਲ ਪੂਰੀਆਂ ਕਰਾਂਗਾ ਮੈਂ ਬਸ ਕਹਿ ਦਿੰਦਾ ਤੈਨੂੰ ਮੈਂ ਬਸ ਮੈਂ ਪਾਣੀ ਹਰ ਲਾਣੀ ਹੈ ਤੇਰੇ ਤੇ ਚੀਜ਼ਾਂ ਅੱਛਾ ਬਸ ਮੇਰੇ ਤੂੰ ਦੇਖੀ ਜਾ ਤ ਕੀ ਕੀ ਹੁੰਦਾ ਐਨਾ ਪਿਆਰ ਹੈ ਤੁਹਾਨੂੰ ਮੇਰੇ ਨਾਲ ਇਹਨਾ ਮੈਨੂੰ ਤੇਰੇ ਨਾਲ ਪਿਆਰ ਹੈ ਹਾਏ ਅੱਖੀਰ ਤਨ ਲਾਈ ਐ ਸਕੰਜਕ ਲਈ ਕਰਨਾ ਕਿਤੇ ਗੱਲ ਕਰ ਰਹੀ ਉਹ ਮੇਰੀ ਗੱਲ ਬਸ ਜਿਹਦੀ ਵੀ ਗੱਲ ਆ ਨਾ ਤੇ ਹਾਰੀ ਕੋ ਗੱਲ ਹੋਈ ਤੁਹਾਡੀ ਫੋਨ ਤੇ ਲੜਾਈ ਹੋਈ ਕੋਈ ਨਹੀਂ ਕੋਈ ਲੜਾਈ ਨਹੀਂ ਹੋਈ ਮੇਰੀ ਹਾਂ ਫਿਰ ਕਿਉਂ ਇਸਰ ਬੈਕੀਆਂ ਬੈਕੀਆਂ ਗੱਲਾਂ ਕਰ ਰਹੇ ਹੋ ਤੂੰ ਕਿਹੜੀ ਬੈਕੀ ਗੱਲ ਕੀਤੀ ਮੈਂ ਕੀ ਹੋ ਗਿਆ ਤੁਹਾਨੂੰ ਮੈਨੂੰ ਤੁਹਾਡੀ ਤਬੀਅਤ ਠੀਕ ਨਹੀਂ ਲੱਗ ਰਹੀ ਆ ਸ਼ਾਮ ਦਾ ਪ੍ਰੋਗਰਾਮ ਨਾ ਕੀ ਅ ਆਪਣੇ ਘਰ ਆਣ ਬੁਲਾ ਲੈ ਹੈ ਵਾਹ ਆਪਣਾ ਹਕੀਕਾ ਰਾਗਲਾ ਫੈਮਿਲੀ ਇਕੱਠੀ ਕਰ ਲੈ ਆਪਣੀ ਅੱਛਾ ਫੈਮਿਲੀ ਇਕੱਠੀ ਕੀ ਕਰਾ ਤੇਰੇ ਮਾਂ ਪਿਓ ਨੇ ਤੇ ਜ਼ਰਾ ਹਕੀਕਾ ਵੀ ਨਹੀਂ ਕੀਤਾ ਹੋਣਾ ਮੈਂ ਤੇਰਾ ਨਾ ਤੇਰਾ ਹਕੀਕੇ ਦੇ ਉੱਤੇ ਬੱਕਰੇ ਲੱਗਦੇ ਨੇ ਤੇ ਪਤਾ ਹੈ ਅੱਜ ਬੱਕਰਾ ਅੱਜ ਕੱਲ ਕਿੰਨਾ ਮਹਿੰਗਾ ਹੈ ਕਿੰਨਾ ਮਹਿੰਗਾ ਕਿੰਨੇ ਦਾ ਵਾ 40 ਹਜ਼ਾਰ ਦਾ 50 ਹਜ਼ਾਰ ਦਾ ਹੋਏਗਾ ਮੈਨੂੰ ਨਹੀਂ ਪਤਾ ਪਰ ਮੈਂ ਸੁਣਿਆ ਹੈ ਕਿ ਮਹਿੰਗਾ ਹੈ ਲੇਕਿਨ ਮੈਂ ਬੱਕਰਾ ਨਹੀਂ ਕਰਨਾ ਅੱਛਾ ਨਾ ਮੈਂ ਗਾਏ ਘਰ ਨਹੀਂ ਹੈ ਮੈਂ ਤੇਰੇ ਹਕੀਕੇ ਤੇ ਹਿਰਨ ਕਰਨੇ ਨੇ ਹਿਰਨ ਪੂਰੇ 15 ਹਿਰਨ ਕਰਨੇ ਤੇਰੇ ਹਕੀਕੇ ਤੇ ਹਕੀਕੇ ਤੇ ਹਿਰਨ ਮਾ ਲਾ ਦੇ ਨੇ ਪੈਸੇ ਮੈਂ ਹਕੀਕੇ ਤੇ ਬਾਕੀ ਹਾਂ ਲੱਖ ਰੁਪਏ ਦਾ ਇੱਕ ਹਿਰਨ ਆਦਾ ਹੈਗਾ ਨਾ 15 ਲੱਖ ਲੱਗ ਜਾਗਾ 20 ਲੱਖ ਲੱਗ ਜਾਗਾ ਤੇਰੇ ਹਕੀਕੇ ਤੇ ਲਾ ਦੇਣਾ ਜਾਨੋ ਕਿ ਤੇ ਤੁਸੀਂ ਮੈਂ ਤੁਹਾਨੂੰ ਸਾਲਗिरा ਦਾ ਕਹਿੰਦੀ ਸੀ ਤੇ ਤੁਸੀਂ ਇੱਕ ਪੌਂਡ ਦਾ ਕੇਕ ਲੈ ਆ ਕੇ ਉੱਤੇ ਬੂੰਬਤੀ ਲਾ ਕੇ ਬਤੀਆਂ ਸਾਰੀਆਂ ਬੱਦ ਕਰਕੇ ਤੇ ਫਿਰ ਤੁਸੀਂ ਸਾਲਗिरा ਮਨਾਉਂਦੇ ਸੀ ਹੁਣ ਤੁਸੀਂ ਕਹਿ ਰਹੇ ਹੋ ਕਿ ਹਿਰਨ ਹਕੀਕੇ ਫੁੱਲੀਆਂ ਰੋਟੀਆਂ ਉਹ ਵੀ ਮੇਰੇ ਘਰ ਦੇਆਂ ਨੂੰ ਜਿਨ੍ਹਾਂ ਦੇ ਔਰ ਤੇ ਤੁਹਾਡੇ ਮੱਥੇ ਤੇ ਤਿਉਣੀ ਚੜ ਜਾਂਦੀ ਸੀ ਜਾਨ ਮੈਨੂੰ ਤੁਸੀ ਕੁਝ ਠੀਕ ਨਹੀਂ ਲੱਗ ਰਹੀ ਓਏ ਹਨਾਰਾ ਪਿਛਲੇ ਤੋਂ ਲੋਕਾਂ ਦੇ ਨਸੀਬ ਫਿਰਦੇ ਨੇ ਮੇਰੇ ਤੇ ਬੰਦੇ ਦਾ ਦਿਮਾਗ ਹੀ ਫਿਰ ਗਿਆ ਓਏ ਦਿਮਾਗ ਨਹੀਂ ਆ ਫਿਰਿਆ ਮੇਰਾ ਭਲਾਲਾ ਪਿਛਲੇ ਨੂੰ ਖਵਾਨ ਆ ਜਾਨ ਪੰਜਾਬ ਨੇ ਵੀ ਤਾਂ ਖੋਣ ਆਈਆਂ ਫਿਰ ਕਿਨੇ ਕੀ ਦੀ ਗੱਲ ਕਰ ਰਹੇ ਹੋ ਬਛੜ ਦੇ ਤੂੰ ਨੂੰ ਨਹੀਂ ਇਸ ਗੱਲ ਦਾ ਪਗਾ ਤੂੰ ਬਸ ਬਲਾ ਲਾ ਬਸ ਹਕੀਕਤ ਨਹੀਂ ਇਹ ਸਾਲਗिरा ਰੰਗ ਨਹੀਂ ਮੈਂ ਕਹਿੰਦਾ ਸਾਲਗिरा ਵੀ ਰੱਖ ਲਾ ਮੇਰੇ ਮੇਰੇ ਮੂੰਹ ਚੋਂ ਨਿਕਲ ਗਿਆ ਤੁਰਾ ਸਾਲਗिरा ਸਾਲਗिरा ਹਾਂ ਪੱਕੀ ਗੱਲ ਇਹਨਾਂ ਓਏ ਪੱਕੀ ਤੇ ਤੂੰ ਮੇਰੀ ਗੱਲ ਤੇ ਯਕੀਨ ਕਿਉਂ ਨਹੀਂ ਆਉਂਦਾ ਮੈਂ ਤੈਨੂੰ ਤਿਆਰ ਦੇਵਾਂ ਤੇ ਸਾਲਗिरा ਰੱਖਣਾ ਮੈਨੂੰ ਯਕੀਨ ਇਸ ਤੋਂ ਨਹੀਂ ਆ ਰਿਹਾ ਕਿ ਮੂੰਹ ਤੁਸੀਂ ਕਹਿ ਰਹੇ ਹੋ ਕਿ ਹਾਂ ਐਂਜੋਏ ਕਰ ਲੈਂਗੇ ਤੇ ਸ਼ਕਲ ਤੁਹਾਡੀ ਦੇ ਉੱਤੇ ਲਿਖਿਆ ਕਿ ਨਹੀਂ ਕਿਨੇ ਗਿਆ ਮੂੰਹ ਤੇ ਲਿਖਿਆ ਤੁਹਾਡੇ ਤੇ ਮੈਂ ਹੁਣ ਵੀ ਮੇਰੇ ਮੂੰਹ ਤੇ ਕੀ ਲਿਖਿਆ ਨਹੀਂ ਮੈਂ ਕਹਿ ਰਿਹਾ ਹਾਂ 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 ਵਾ ਕੀ ਸਾਲਗिरा ਰਹਿਲਾ ਰਹਿਲਾ ਜਾਨ ਤੁਸੀਂ ਇੰਨਾ ਮੇਰੇ ਨਾਲ ਪਿਆਰ ਕਰ ਰਹੇ ਹੋ ਮੈਂ ਤੇਨਾ ਬਹੁਤ ਕਰਨਾ ਵਾ ਮੈਂ ਕਰਨਾ ਵਾ ਤੇਰੇ ਨਾਲ ਪਿਆਰ ਅੱਛਾ ਇੱਥੇ ਤੇ ਆਉਣਾ ਚੱਲੇ ਕਿੱਥੇ ਹੋ ਉਸ ਕੰਜਰ ਨਵੀ ਕਰਨਾ ਵਾ ਕਿ ਕਿੰਨੇ ਕੀ ਦੀ ਗੱਲ ਸਾਲਗिरा ਰੱਖਣੀ ਹਾਂ ਜਾਂ ਉਹਨਾਂ ਕੱਕੀ ਕਰਾਂ ਨਹੀਂ ਮੈਨੂੰ ਫੌਰਨ ਦੱਸ ਦੇ ਮੈਂ ਰੇਂਜਮੈਂਟ ਵੀ ਕਰਨੇ ਆ ਸਾਲਗिरा ਲਈ ਪਹਿਲੇ ਮੈਨੂੰ ਸ਼ਾਪਿੰਗ ਕਰਨੀ ਆ ਮੈਂ ਕੱਪੜੇ ਵੀ ਤੇ ਲੈਣੇ ਨੇ ਨਾ ਕੀ ਲੈਣਾ ਹੈ ਸ਼ਾਪਿੰਗ ਕਰਨੀ ਲੈਣਾ ਕੀ ਆ ਕੀ ਲੈ ਕੇ ਦਿਓਗੇ ਹੈ ਬਰਥਡੇ ਗਿਫਟ ਤੇ ਨਹੀਂ ਹੋਗਾ ਨਾ ਮੈਨੂੰ ਉਹ ਬਰਥਡੇ ਗਿਫਟ ਦੇ ਆਂਗਾ ਨਾ ਪਰ ਸੋਨੇ ਦਾ ਸਾਈਟ ਬਣਵਾਣਾ ਹੈ ਮੈਂ ਡਨ ਹੋ ਗਿਆ 5 ਟੋਲੇ ਦਾ 10 ਟੋਲੇ ਦਾ ਹੈ ਹਾਂ ਨਾ ਕਰੋ ਕੀ ਹੋ ਗਿਆ ਤੁਹਾਨੂੰ ਕਰਨ ਦੇ ਮੈਨੂੰ ਸਾਢੇ 3 ਲੱਖ ਰੁਪਏ ਟੋਲਾ ਸੋਨਾ ਹੈ ਤੂੰ ਦੱਸ ਹੁਣ ਤੈਨੂੰ ਅੱਧੇ ਟੋਲੇ ਦਾ ਲੈ ਕੇ ਦੇ ਆਂਗਾ ਮੈਨੂੰ ਚੰਗਾ ਲੱਗਣਾ ਵਾ ਅੱਲਾ ਦਾ ਕਰਮ ਹੈ ਆਪਣੇ ਤੇ ਇੰਨਾ ਪੈਸਾ ਵਾ ਨਹੀਂ ਦੌਲਤ ਕਿੱਥੇ ਜਾਣੀ ਹੈ ਜਾਨ 10 ਟੋਲੇ ਦਾ 5 ਟੋਲੇ ਦਾ ਬੋਲ ਫਟਾਫਟ ਬੋਲ ਨਾ ਜਾਨ ਤੁਸੀਂ ਕੀ ਕਰੀ ਜਾ ਰਹੇ ਹੋ ਮੈਨੂੰ ਤੁਸੀਂ ਕੌਨਸ਼ੀਅਸ ਕਰ ਰਹੇ ਹੋ ਕਨਫਿਊਜ਼ ਕਰ ਰਹੇ ਹੋ ਮੈਨੂੰ ਤੁਸੀਂ ਅੱਗੇ ਮੈਂ ਤੁਹਾਨੂੰ ਕਹਿੰਦੀ ਸਾਂ ਕਿ ਮੈਨੂੰ ਕੋਈ ਸੋਨੇ ਦਾ ਸੈੱਟ ਲੈ ਦੇਓ ਚਲੋ ਅੱਛਾ ਇੱਕ ਅੰਗੂਠੀ ਲੈ ਦੇਓ ਸੋਨੇ ਦੀ ਤੇ ਯਾਦ ਹੈ ਤੁਸੀਂ ਬਾਬਾ ਸੀਖ ਦਾ ਚੰਨ ਲੈ ਅੱਗੇ ਦਿੱਤਾ ਸੀ ਮੈਨੂੰ ਉਦੋਂ ਲਿਆ ਕੇ ਦਿੱਤਾ ਸੀ ਨਾ ਉਦੋਂ ਮੈਂ ਅਪਸੈਟ ਸਾਂ ਹੁਣ ਮੈਂ ਬਿਲਕੁਲ ਸੈੱਟ ਆ ਅੱਛਾ ਤੈਨੂੰ ਮੈਂ ਕਹਿੰਦਾ 10 ਟੋਲੇ ਜਾਂ 5 ਟੋਲੇ ਬੋਲ ਫਟਾਫਟ ਬੋਲ 10 10 10 10 ਓਕੇ ਡਨ ਹੋ ਗਿਆ 10 ਟੋਲੇ ਪਾ ਮੇਰੇ ਹੁੰਦੀਆਂ ਬਹੁਤ ਚੋਈ ਤ ਉਸ ਕ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੀ ਗੱਲ ਦੀ ਤੁਸੀਂ ਕੀ ਦੀ ਗੱਲ ਕਰ ਰਹੇ ਹੋ ਤੈਨੂੰ ਨਹੀਂ ਸਮਝ ਆਉਣੀ ਮੈਂ ਪਛੜਦੇ ਤੂੰ ਇਸ ਗੱਲ ਨੂੰ ਅੱਛਾ ਬਲਾ ਹਣ ਹਣੀ ਮੂੰ ਟ੍ਰਿਪ ਰੱਖੀਏ ਠੰਡ ਕਿੰਨੀ ਹੈ ਨਾ ਹਣੀ ਮੂੰ ਹਾਇਲਾ ਕਿਹੜਾ ਹਣੀ ਮੂੰ ਜਿਹੜਾ ਸੀ ਮਨਾਇਆ ਹੀ ਨਹੀਂ ਸੀ ਮੈਂ ਨਹੀਂ ਜਾਣਾ ਹੈਗਾ ਹਣੀ ਮੂੰ ਤੇ ਬਸ ਐਹੀ ਤੇਰੀ ਬਿਮਾਰੀ ਹੋ ਉਦੋਂ ਵੀ ਮੈਂ ਤੈਨੂੰ ਐਹੀ ਕਿਹਾ ਵਿਆਹ ਹੋ ਤਾਂ ਕਿ ਚੱਲ ਹਣੀ ਮੂੰ ਤੇ ਚਲੀਏ ਸੁਕਰ ਨਹੀਂ ਮੈਂ ਸਵੇਰੇ ਮਸ਼ੀਨ ਲਾਉਣੀ ਹੈ ਆਪਣੀ ਅੰਮੀ ਨੂੰ ਲੈ ਜਾਓ ਜਾਨ ਮੇਰੀ ਗੱਲ ਸੁਣੋ ਨਾ ਤੁਸੀਂ ਮਤਲਬ ਇੰਨੇ ਪੈਸੇ ਤੁਸੀਂ ਤਾਨੂੰ ਪਤਾ ਇਹਨਾਂ ਕਮਾ ਦੀ ਉਤੇ ਕਿੰਨੇ ਪੈਸੇ ਲੱਗਦੇ ਨੇ ਇਹਨੇ ਪੈਸੇ ਕਿਉਂ ਖਰਾਬ ਕਰ ਰਹੇ ਹੋ ਬਚਤ ਕਰੋ ਨਾ ਉਹ ਤੁਹਾਨੂੰ ਵੀ ਐਵੇਂ ਕਿ ਮੈਂ ਬਚਤ ਸ਼ੁਰੂ ਕੀਤੀ ਤੇ ਤੁਸੀਂ ਇਹ ਕੋ ਕਹੀ ਜਾ ਰਹੇ ਹੋ ਕਿ ਪੈਸੇ ਖਰਚੀ ਮੈਂ ਬਚਤ ਕਰਾਂ ਮੈਂ ਬਚਤ ਕਰਾਂ ਤੇ ਉਹ ਕੰਜਰ ਯਾਸ਼ੀਆਂ ਕਰੇਗਾ ਮਾਂ ਨਹੀਂ ਤੇ ਬਚਤ ਤਾਂ ਤੂੰ ਦੱਸ ਜਾਣਾ ਕਿੱਥੇ ਹੀ ਹਣੀ ਮੂਹ ਵਾਸਤੇ ਕਿੱਥੇ ਜਾਣਾ ਤੇ ਆ ਮੂਡ ਕਿੱਥੇ ਆ ਪੱਕੀ ਗੱਲ ਹੈ ਪੱਕੀ ਗੱਲ ਸਵਾਦ ਨਹੀਂ ਕਿੱਥੇ ਸਵਾਦ ਇਹਨੇ ਛੜ ਤੰਦਰੇ ਦੀ ਨਿਕਲੀ ਹੈ ਨਾ ਤੂੰ ਕਿਉਂ ਪਿੰਡ ਦੀ ਨਿਕਲੀ ਜਾਂ ਅਗਲੇ ਦੀ ਨਿਕਲੀ ਹੈ ਤੂੰ ਕਿਉਂ ਤਾਂਦੜੇ ਵਾਲੇ ਦੀ ਨਿਕਲੀ ਹੈ ਤੂੰ ਕਿਉਂ ਤੈਨੂੰ ਮੈਂ ਪੁੱਛਣਿਆ ਹਾਂ ਨਹੀਂ ਮੋਟਰੇ ਪਾਸੇ ਕਿੱਥੇ ਜਾਣਾ ਵਾ ਹਾਂ ਤੇ ਸੋ ਆਹ ਤੇ ਚਲੀਏ ਮੈਂ ਕਿਹਾ ਸੀ ਕਿ ਤੈਨੂੰ ਯੂਰਪ ਦਾ ਟੂਰ ਕਰ ਕੇ ਆਈਏ ਹੈ ਹਾਂ ਇਟਲੀ ਜਰਮਨ ਫਰਾਂਸ ਪੈਰਿਸ ਇੱਥੇ ਚਲੀਏ ਯੂਰਪ ਦਾ ਟੂਰ ਵਾਪਸੀ ਤੇ ਦੁਬਈ ਆਈਏ ਉਸ ਤੋਂ ਬਾਅਦ 사ਉਦੀਆ ਜਾਈਏ ਉਮਰਾ ਕਰੀਏ ਤੇ ਘਰ ਵਾਪਸ ਆਈਏ ਮੈਨੂੰ ਤੁਹਾਡੀ ਤਬੀਅਤ ਠੀਕ ਨਹੀਂ ਲੱਗ ਰਹੀ ਮੈਨੂੰ ਕੋਈ ਸ਼ੱਕ ਹੋ ਰਿਹਾ ਕਿ ਤੁਹਾਨੂੰ ਕੁਝ ਤਨ ਚੱਕਰ ਤੇ ਨਹੀਂ ਆ ਰਿਹਾ ਮੈਨੂੰ ਚੱਕਰ ਗਾਦੇ ਤੋਣੇ ਨੇ ਮੈਨੂੰ ਅੱਗੇ ਮੈਂ ਤੁਹਾਨੂੰ ਕਹਿ ਦਿੱਸਾ ਕਿ ਮੈਨੂੰ ਬਾਜ਼ਾਰ ਤੱਕ ਮੋਟਰਸਾਈਕਲ ਤੇ ਲੈ ਜਾਓ ਤੇ ਤੁਸੀਂ ਤੇਲ ਪਹਚਾਣ ਦੀ ਸਾਤਰ ਮੈਨੂੰ ਸਾਈਕਲ ਦੇ ਉੱਤੇ ਲੈ ਕੇ ਜਾਂਦੇ ਸੀ ਹਾਂ ਲਾ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਇਹ ਤੁਰ ਬਾਹਰ ਦਾ ਪੂਰਾ ਜਰਬੂ ਉਹ ਕੀ ਹੋ ਗਿਆ ਤੈਨੂੰ ਮੈਨੂੰ ਮੈਨੂੰ ਲੱਗ ਰਿਹਾ ਤੁਹਾਡੀ ਤਬੀਅਤ ਠੀਕ ਨਹੀਂ ਹੈਗੀ ਯਾਰ ਨਾ ਕਿਸੇ ਨੇ ਕੁਝ ਕਰਤੇ ਨਹੀਂ ਦਿੱਤਾ ਮੇਰੇ ਬੰਦੇ ਨੂੰ ਕਿਸੇ ਨੇ ਨਹੀਂਓ ਕੀਤਾ ਮੈਨੂੰ ਕੁਝ ਵੀ ਨਹੀਂ ਮੈਨੂੰ ਛੱਪ ਹੋ ਰਿਹਾ ਮੈਨੂੰ ਲੱਗ ਰਿਹਾ ਤੂੰ ਮੇਰਾ ਬੰਦਾ ਹੈ ਹੀ ਨਹੀਂ ਹਾਂ ਤੂੰ ਨਹੀਂ ਮੇਰਾ ਮਤਲਬ ਹੋ ਸਕਦਾ ਹੈਲੋ ਨਹੀਂ 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 ਤੂੰ ਨਹੀਂ ਹੋ ਸਕਦਾ ਮੇਰਾ ਬੰਦਾ ਮੈਂ ਜਾਨ ਕੰਮ ਸ਼ੁਰੂ ਹੋ ਗਿਆ ਜੇ ਕੰਮ ਸ਼ੁਰੂ ਹੋ ਗਿਆ ਯੋ ਕੰਮ ਸ਼ੁਰੂ ਹੋ ਗਿਆ ਕਹਿੰਦੀ ਐ ਨਹੀਂ ਬੰਦਾ ਕੰਮ ਸ਼ੁਰੂ ਜਾਨ ਹਾਂ ਕੀ ਗੱਲ ਹੈ ਤੁਹਾਨੂੰ ਕੁਛ ਨਹੀਂ ਤੁਹਾਡੀ ਤਬੀਅਤ ਜੀ ਉਹ ਠੀਕ ਆ ਮੇਰੀ ਤਬੀਅਤ ਆ ਮੇਰੀ ਤਬੀਅਤ ਬਾਹਰ ਤੇ ਨਹੀਂ ਜਾਣਿਆ ਤਾਂ ਮੈਨੂੰ ਕਿੱਥੋਂ ਬਾਹਰ ਜਾਣਿਆ ਮੈਂ ਤੇਰਾ ਬੰਦਾ ਵਾਂ ਤੈਨੂੰ ਮੈਂ ਪੁੱਛਣ ਨੇ ਯੂਰਪ ਦਾ ਟੂਰ ਕਰਨਾ ਹੀ ਕਰਨਾ ਤੇ ਮੈਂ ਹੈ ਵੇ ਯੇ ਲੇਕਿਨ ਤੁਸੀਂ ਮੈਨੂੰ ਪਤਾ ਹੈ ਨਾ ਜਿਸ ਤਰ੍ਹਾਂ ਤੁਸੀਂ ਹਨੀਮੂਨ ਦੇ ਉੱਤੇ ਮੈਨੂੰ ਕਹਿ ਕੇ ਤੇ ਆਪ ਤੁਸੀਂ ਕੱਲੇ ਚਲੇਗੀ ਵੇ ਤੂੰ ਜਾਏਂਗੀ ਤੇ ਤੇਰੇ ਨਾਲ ਖਰਚਾ ਬਹੁਤਾ ਹੋਏਗਾ ਮੈਂ ਕੱਲਾ ਹੀ ਹਨੀਮੂਨ ਮਨਾਣਾ ਤੁਸੀਂ ਆਦ ਕਿਵੇਂ ਕੱਲੇ ਚਲ ਜਾਂਦੇ ਨਹੀਂ ਤੇ ਕੱਲਾ ਹੀ ਹਨੀਮੂਨ ਮੈਂ ਕਿਧਰ ਗੱਡੀ ਨਾਲ ਬਣਾਉਣਾ ਸੀਗਾ ਆਪੇ ਤੁਸੀਂ ਕਿਉਂ ਨਹੀਂ ਤੁਸੀਂ ਲੈ ਕੇ ਜਾਓ ਤੇ ਮੈਂ ਸੋਫੇ ਦਾ ਹਨੀਮੂਨ ਬਣਾ ਉਹ ਤੇਰੇ ਬਗੈਰ ਤੇ ਜਾਣਾ ਨਹੀਂ ਸੀ ਮੈਂ ਤੇ ਤੈਨੂੰ ਕੱਲ ਦੀ ਸਮਝ ਕਿਉਂ ਨਹੀਂ ਆਉਂਦੀ ਉਹ ਕਿਉਂ ਮੈਨੂੰ ਪਾਗਲ ਕਰਨ ਢਈ ਹੈ ਮੈਂ ਜੋ ਕਹਿਣਾ ਨਾ ਕਰ ਲੈ ਮੈਂ ਪੈਸਾ ਲਾਣਾ ਚਾਹ ਰਿਹਾ ਲਵਾ ਮੇਰੇ ਕੋਲ ਬਾਅਦ ਚ ਵੀ ਤੂੰ ਕਰੀਆ ਆਪਣੇ ਲਵਾਉਣਾ ਪਾਉਣਾ ਕਿੰਨੇ ਬਸ ਛੱਡ ਦੇ ਇਸ ਗੱਲ ਨੂੰ ਆਮੀ ਭਰ ਜਾਣਗਾ ਇਹ ਹੀ ਲੱਗ ਰਿਹਾ ਕਿ ਤੁਸੀਂ ਆਗਰ ਤੀਨ ਹੀ ਹੋ ਗਏ ਇੱਕ ਮਿੰਟ ਠਹਿਰੋ ਤੁਸੀਂ ਆਪਣਾ ਫੋਨ ਆਨ ਨਹੀਂ ਰੱਖਣਾ ਮੈਂ ਹੁਣੇ ਆਈ ਮੈਂ ਤੁਹਾਨੂੰ ਕਿਸੇ ਕੋ ਦਮ ਕਰਾਉਣੇ ਇੱਕ ਮਿੰਟ ਠਹਿਰੋ ਮੈਂ ਆਈ ਜੱਲੀ ਮੈਂ ਆਈ ਹੁਣੇ ਜੱਲੀ ਕੰਜਰ ਦੇ ਕੋਲ ਚੱਲੀ ਮੈਨੂੰ ਪੜੇ ਪਤਾ ਸੀ ਇਹ ਕੰਮ ਸ਼ੁਰੂ ਹੋ ਗਏ ਹਾਲੇ ਤੱਕ ਕੀ ਆ ਵੀ ਤਾਰੇ ਹੋ ਤੋਹਾ ਕਰੋ ਕੀ ਹੋ ਗਿਆ ਤੁਹਾਨੂੰ ਕਿਸ ਰਾਹ ਦੀ ਬੰਨਾ ਤਰੀ ਜਾ ਰਹੇ ਹੋ ਮੈਂ ਤੁਹਾਨੂੰ ਦਮ ਕਰਾਉਣ ਚਲੀ ਮੈਨੂੰ ਤਾਂ ਜਿਹੜਾ ਤੂੰ ਦਮ ਕਰਾਣਾ ਨਾ ਮੈਨੂੰ ਮੈਨੂੰ ਪਤਾ ਤੂੰ ਯੱਕ ਦਮ ਦੇ ਚੱਕਰ ਹੀ ਚੱਕ ਕੇ ਨਿਕਲੇ ਨਿਕਲੇ ਕੌਣ ਲਾ ਕੌਣ ਨਿਕਲੇ ਕੌਣ ਹੈ ਅੱਬ ਪਤਾ ਲੱਗ ਗਿਆ ਕੌਣ ਹੈ ਓਏ ਅੰਦਰ ਕੌਣ ਹੋਣਾ ਕੌਣ ਨਿਕਲੇ ਕੀ ਦੀ ਗੱਲ ਕਰ ਰਹੀ ਸੀ ਸਰ ਦੇ ਬੇਗਮ ਤੈਨੂੰ ਇਨੀਆਂ ਚੀਜ਼ਾਂ ਦਾ ਨਹੀਂ ਪਤਾ ਹੋਣਾ ਤੂੰ ਮੈਨੂੰ ਦੱਸ ਚਾਹੀਦਾ ਤੈਨੂੰ ਕੀ ਅੱਛਾ ਛੱਡੋ ਮੈਂ ਜਿੱਦ ਪਲਾਟ ਨਹੀਂ ਮੇਰੇ ਜਿਹੜੇ ਹਾਂ ਪਲਾਟ ਹਾਂਜੀ ਜਿਹੜਾ ਤੇਰੇ ਨਾਮ ਹੀ ਗਲਵਾਇਆ ਹਾਂਜੀ ਉਹ ਤੋਂ ਮੈਨੂੰ ਵਾਪਸ ਮੇਰੇ ਨਾਲ ਆਣਾ ਕਿਉਂ ਕੀ ਗੱਲ ਹੋ ਗਈ ਮੈਂ ਤੇਰੇ ਨਾਮ ਨਹੀਂ ਰਹਿਣ ਦੋਣਾ ਨਹੀਂ ਓ ਤੂੰ ਜੀ ਮੈਨੂੰ ਗਿਫਟ ਕੀਤਾ ਸੀ ਦਾਸ ਮਰਲੇ ਦਾ ਬੁਲਾਣਾ ਹਾਂ ਨਹੀਂ ਦੇਣਾ ਤੈਨੂੰ ਮੈਨੂੰ ਪਤਾ ਨਾ ਬਾਜਸ ਕੰਜਰ ਦੇ ਨਾਮ ਲੱਗ ਜਾਣਾ ਮੈਂ ਨਹੀਂ ਦੇਣਾ ਇਦੇ ਬਸ ਜਿਹਦੇ ਤੈਨੂੰ ਇਸ ਮੇਗਮ ਗੱਲ ਦੀ ਨਹੀਂ ਸਮਝਨੇ ਉਹ ਪਲਾਟ ਤੂੰ ਮੈਨੂੰ ਦੇਂਗੀ ਅੱਛਾ ਤੇ ਮੈਂ ਉਹਦੇ ਬਦਲੇ ਤੈਨੂੰ ਹੋਰ ਚੀਜ਼ ਦੇਵਾਂ ਅੱਛਾ ਜਾਨ ਮੇਰੀ ਗੱਲ ਸੁਣੋ ਨਾ ਹਾਂ ਠੰਡੇ ਦੇਖੋ ਨਾ ਕਿੰਨੇ ਆਂ ਕੀ ਗੱਲ ਹੈ ਮੇਰਾ ਡਰਾਈ ਫਰੂਟ ਖਾਣ ਤੇ ਬੜਾ ਦਿਲ ਕਰ ਰਿਹਾ ਬਸ ਹਾਂ ਡਰਾਈ ਫਰੂਟ ਕੀ ਖਾ ਮੂੰਗਫਲੀ ਸੇ ਮੂੰਗਫਲੀ ਦਾ ਮੈਨੂੰ ਨਾ ਕੇਵੀ ਰਿਓੜੀ ਦਾ ਮੈਨੂੰ ਨਾ ਕੇਵੀ ਮਨੋਕਾ ਦਾ ਮੈਨੂੰ ਨਾ ਕੇਵੀ ਮੈਂ ਤੈਨੂੰ ਪਹਿਲੇ ਦੱਸ ਦਿੱਤਾ ਚਾਰ ਮਗਜ਼ਾਂ ਦਾ ਮੈਨੂੰ ਨਾ ਗਈ ਡਰਾਈ ਫਰੂਟ ਉੱਚੀਆਂ ਚੀਜ਼ਾਂ ਦੱਸੀ ਮੈਨਾਂ ਆਹੋ ਜਾਨ ਪੱਕੀ ਗੱਲ ਹੈ ਲਿਆ ਕੇ ਦੇਉਗੀ ਹਾਂ ਚਲ ਗੋਜ਼ੇ ਲਿਆ ਦਿਓ ਕਿੰਨੇ ਕਿੰਨੇ ਕੀ ਮਤਲਬ ਹਾਂ ਕਿੰਨੇ ਚਲਗੋਦੇ ਜਿੰਨੇ ਮਰਜ਼ੀ ਲਾਓ ਤੁਸੀਂ ਤੇ ਕਦੀ ਘਰ ਦੇ ਵਿੱਚ ਕਿਲੋ ਤੋਂ ਵੱਧ ਮੂੰਫਲੀ ਨਹੀਂ ਲਿਆਂਦੀ ਮੈਂ ਹੁਣ ਤੈਨੂੰ ਕਹ ਰਿਹਾ 3 ਕਿਲੋ ਚਲਗੋਦੇ ਬੜੇ ਆ 3 ਕਿਲੋ 3 ਕਿਲੋ ਹਾਂ ਯਾਹ ਲਾਹ 50 60000 ਰੁਪਏ ਤੇ ਚਲਗੋਜ਼ੇ ਚਲਗੋ ਜਾਨ 3 ਕਿਲੋ ਚਲਗੋਜ਼ੇ 3 ਕਿਲੋ ਪਿਸਤਾ 3 ਕਿਲੋ ਕਾਜੂ ਓਕੇ 3 ਕਿਲੋ ਬਦਾਮਾਂ ਦੀਆਂ ਗਿਰੀਆਂ ओके ਕੀ ਹੋ ਗਿਆ ਤੁਹਾਨੂੰ ਮੈਨੂੰ ਕੀ ਹੋਇਆ ਖਾ ਯਾਸੀ ਕਰ ਮੈਂ ਤੇ ਲਿਆਵਾਂਗਾ ਇੰਨੇ بڑے ਪੈਸੇ ਦਾ ਫਰੂਟ ਇੰਨੇ بڑے ਇਹ ਮੇਰੇ ਕਹਿੰਦੇ ਉੱਤੇ ਅੱਗੇ ਤੇ ਮੈਂ ਤੁਹਾਨੂੰ ਕਹਦੀ ਸੀ ਡਰਾਈ ਫਰੂਟ ਤੇ ਤੁਸੀਂ ਸਿਰਫ ਮਲੋਕ ਲਿਆ ਕੇ ਦਿੰਦੇ ਸੀ ਕਿ ਐਂ ਖਾ ਕੇ ਫਰੂਟ ਏ ਕਾ ਫਰੂਟ ਏ ਤੇ ਫਰੂਟ ਨਹੀਂ ਹੋ ਲੇਕਿਨ ਹੋਂ ਦੂ ਇਹ ਖਾਣਾ ਮੈਂ ਮੈਂ ਲਿਆਣਾ ਮਰਜ਼ ਘਰ ਦੇ ਵਿੱਚ ਬਾਅਦ ਆ ਬਾਅਦ ਵਿੱਚ ਜਦੋਂ ਸਪੈਸ਼ਰ ਨਹੀਂ ਖਾਣਾ ਇਨੇ ਸਿੱਦੇ ਪਹਿਲੇ ਮੈਨੂੰ ਇਹ ਤੇ ਦੱਸੋ ਨਾ ਕਿਹਦੀ ਗੱਲ ਕਰਨ ਦੇ ਹੋ ਤੁਸੀਂ ਬਾਰ ਬਾਰ ਕੰਜਰ ਆ ਰਹੇ ਹੋ ਕੰਜਰ ਤੇ ਕੰਜਰ ਨੇ ਕੰਜਰ ਬਾਰ ਬਾਰ ਕੰਜਰ ਦਾ ਨਾਂ ਨਾ ਨਾ ਉਹ ਮੈਨੂੰ ਸੋਰੇ ਯਾਦ ਆਉਣ ਲੱਗ ਪੈਂਦੇ ਨੇ ਪੇਕੇ ਨਹੀਂ ਹੁੰਦੇ ਤੈਨੂੰ ਯਾਦ ਨਹੀਂ ਸੋਰੇ ਯਾਦ ਆਉਣ ਲੱਗ ਪੈਂਦੇ ਕੀ ਹੋਇਆ ਕੀ ਏ ਮੈਨੂੰ ਬਸ ਮੈਂ ਕੋ ਕਿਹਦੀ ਗੱਲ ਕਰ ਕੀ ਹੋਇਆ ਮੇਰੀ ਗੱਲ ਸੁਣੋ ਇਹ ਕਿਹਦੇ ਨਾਲ ਉਹਦੇ ਨਾਲ ਸ਼ਫੀਕ ਨਾਲ ਲੜਾਈ ਹੋਈ ਹੈ ਕਜ਼ਨ ਨਾਲ ਤੁਹਾਡੇ ਨਾਲ ਨਹੀਂ ਫਿਰ ਕੀ ਹੋਇਆ ਖਾਨਦਾਨ ਜੀ ਕਿਸ ਨੇ ਕੋ ਗੱਲ ਕੀਤੀ ਮਹੱਲੇ ਚੋਂ ਕਿਸ ਨੇ ਕੋ ਗੱਲ ਕੀਤੀ ਬਾਹਰ ਕਿਸ ਨਾਲ ਲੜਾਈ ਹੋਈ ਕਿਤੇ ਹੀ ਗੱਲ ਕਰ ਰਹੇ ਹੋ ਕਿਹੜਾ ਕੰਜਰ ਦੀ ਗੱਲ તરી ਜਾ ਰਹੇ ਹੋ ਕੰਜਰ 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 ਤੁਸੀਂ ਸਾਰਾ ਦਿਨ ਸ਼ੀਸ਼ੇ ਦੇ ਹੀ ਘੜੋਤੇ ਰਹਿੰਦੇ ਹੋ ਕੀ ਸ਼ੀਸ਼ੇ ਅੱਗੇ ਘੜੋਤੇ ਕੀ ਹੋਇਆ ਕਿੰਦਰ ਮੈਂ ਮੈਂ ਕੰਜਰ ਮੈਂ ਨਾ ਨਹੀਂ ਕੰਜਰਾਂ ਤੇ ਆ ਕੀਤਾ ਨਹੀਂ ਮੈਂ ਕੰਜਰਾਂ ਤੇ ਤੂੰ ਕੀ ਹੋਏਗੀ ਤੈਨੂੰ ਤਬੀਰ ਨਹੀਂ ਹੈਗੀ ਨਹੀਂ ਇਹ ਜਿਹੜੀ ਕਹਿ ਰਹੇ ਨਾ ਮੈਨੂੰ ਪਤਾ ਵਾ ਕਿਹਨੂੰ ਕਹਿ ਰਹੇ ਹੋ ਮੈਨੂੰ ਵੀ ਤੇ ਦੱਸੋ ਤੈਨੂੰ ਕਹੀ ਜਾ ਰਹੇ ਹੋ ਬਦਲ ਗਈਆਂ ਤੂੰ ਬਦਲ ਗਈਆਂ ਕੰਜਰਾਂ ਦੇ ਚੱਕਰ ਚ ਕੰਜਰ ਦੇ ਚੱਕਰ ਚ ਬਦਲ ਗਈਆਂ ਕਿਸੇ ਗੱਲ ਕਰੀ ਜਾ ਰਹੇ ਹੋ ਜਾਨ ਗਰਾਂ ਦੇ ਚੱਕਰ ਹੀ ਚਾਹਦੇ ਤੂੰ ਅੱਗੋਂ ਆਇਆ ਕਰਨ ਨਹੀਂ ਮੈਂ ਪੈਸਾ ਤੇ ਲਾ ਜਿਹੜਾ ਨਾ ਮੈਂ ਸਾਰਾ ਇਹ ਖਰਚ ਕੀ ਮਰ ਨਹੀਂ ਮੈਂ ਤੈਨੂੰ ਦੱਸ ਦਿੱਤਾਈ ਮੈਂ ਨਹੀਂ ਕਿਦਰੇ ਤੈਨੂੰ ਲਾਉਣ ਦੇਣਾ ਕਿ ਕੰਜਰ ਆਵੇਗਾ ਤੇ ਤੇ ਪੈਸੇ ਖਾਏਗਾ ਮੇਰੇ ਮੈਂ ਕਪੜੇ ਵਾੜਨੇ ਨੂੰ ਜਾਣ ਤੋਂ ਪਹਿਲੇ ਦਿਨ ਜਿ ਰੱਖੀ ਮੈਂ ਇੱਕ ਇੱਕ ਰੁਪਈਆ ਮ ਗਰੀਬਾਂ ਚ ਵੰਡ ਕੇ ਟੁੱਟਾ ਨਹੀਂ ਮੈਨੂੰ ਆਨੇ ਵਾਣ ਲੱਗ ਪਈਆਂ ਮਾਤ ਨੂੰ ਦੱਸ ਦਿੱਤਾਈ ਹੈ ਹਾਂ ਹੁਣ ਹੋਇਆ ਅੱਲਾ ਰਹਿਮ ਕਰੇ ਤੁਹਾਨੂੰ ਕਿਨੇ ਕਿਹਾ ਕਿ ਤੁਹਾਨੂੰ ਕੋਈ ਅੱਲਾ ਰਹਿਮ ਕਰੇ ਕੀ ਹੋ ਗਿਆ ਤੁਹਾਨੂੰ ਤੁਹਾਡੀ ਇਨੀ ਜਦਾਦ ਕਿੰਨੇ ਘਾਣੀ ਹੈ ਮੈਂ ਤੈਨੂੰ ਦੱਸ ਦਿੱਤਾ ਨਾ ਮੈਂ ਸਾਰੀ ਵਿਹੇਚ ਦੇਣੀ ਹੈ ਮੈਂ ਗਰੀਬਾਂ ਨੂੰ ਦੇ ਦੇਣੀ ਮੈਂ ਖਰਾਪੀ ਦਾ ਰੇਂ ਦੇਣੀ ਮੈਂ ਛੱਡ ਕੇ ਨਹੀਂ ਜਾਣੀ ਕਿ ਪਿੱਛੋਂ ਮੇਰੇ ਉਹ ਕੰਜਰ ਖਾਵੇ ਯਾਨੀ ਤੁਹਾਡਾ ਜੇ ਨੇ ਇਹ ਕਿ ਮੈਂ ਪਿੱਛੋਂ ਤੁਹਾਡੇ ਵਿਆਹ ਕਰ ਲਾਂਗੀ ਅੱਲਾਹ ਪਾ ਮਾਫ ਕਰੇ ਤੋਬਾ ਤੋਬਾ ਲੱਗਿਆ ਕਤਲਾ ਜ਼ਬਾਨ ਤੇ ਅੱਲਾਹ ਮਾਫ ਕਰੇ ਯਾਨਾ ਤੋਬਾ ਐਸਾ ਹੋ ਹੀ ਨਹੀਂ ਸਕਦਾ ਨਾ ਜਵਾਬ ਮੈਂ ਤੁਹਾਡੇ ਨਾਲ ਬੇਵਫਾਈ ਕਰੀ ਮੇਰੀ ਗੱਲ ਸੁਣ ਐ ਮੈਨੂੰ ਹੁਣੇ ਮੇਰੇ ਦੋਸਤ ਅਫਜ਼ਲ ਨਾਲ ਮੇਰੀ ਗੱਲ ਹੋਈ ਸਾਡਾ ਯਾਰ ਸੀ ਅੱਛਾ ਉਹਨੂੰ ਆ ਕੱਲ ਵੇਖਿਆ ਬਾਜ਼ਾਰ ਦੇ ਵਿੱਚ ਆਂ ਜੀ ਸ਼ਾਪਿੰਗਾਂ ਕੀਤੀਆਂ ਸੂਟਡ ਬੂਟਡ ਆ ਚੁੱਕੇ ਫਲ ਆ ਫਰੂਟ ਨਾਲ ਤੇ ਹੁੰਦਾ ਸੇਵਾਕੀ ਚ ਬੈ ਕੇ ਜਾ ਰਿਹਾ 70 ਲੱਖ ਰੁਪਏ ਵਾਲੀ ਗੱਡੀ ਚ ਅੱਛਾ ਤੂੰ ਮੈਂ ਉਹਨੂੰ ਫੋਨ ਤੇ ਪੁੱਛਿਆ ਤੇ ਮੈਨੂੰ ਕਹਿੰਦਾ ਇੱਕ ਬੇਵਾਨ ਨੇ ਵਿਆਹ ਕੀਤਾ ਮਾਲਦਾਰ ਬੇਵਾਂ ਉਹਦਾ ਹਾਮਦ ਕਰੋੜਾ ਰੁਪਇਆ ਛੱਡ ਕੇ ਗਿਆ ਤੇ ਉਹ ਉਹਦੇ ਪੈਸੇ ਤੇ ਯਾਸ਼ੀ ਕਰਿਆ ਕੰਜਰ ਤੇ ਮਾਰੇ ਪਹਿਲੇ ਤੇ ਤੂੰ ਉਹਨੂੰ ਯਾਸ਼ੀ ਕਰਾਈ ਤੂੰ ਬਦਲ ਗਈ ਤੂੰ ਕੈਨ ਨਹੀਂ ਮੈਂ ਤੇਰੇ ਮਾਤੇ ਤੇ ਪਰ ਪਿਆ ਨਹੀਂ ਸਮਝ ਰਹਾ ਨਾ ਜਾਨ ਐਸਾ ਹੋ ਹੀ ਨਹੀਂ ਸਕਦਾ ਤੁਹਾਡੀ ਜਗ੍ਹਾ ਮੈਂ ਕਿਸੇ ਹੋਰ ਨੂੰ ਕਿਵੇਂ ਦੇ ਸਕਦੀ ਆ ਕੋਈ ਲੈ ਸਕਦਾ ਤੁਹਾਡੀ ਜਗ੍ਹਾ ਤੁਹਾਡੇ ਵਰਗਾ ਕੋਈ ਜੰਮਿਆ ਮਾ ਨਹੀਂ ਤੇ ਮਾਲ ਦਾ ਮੇਰੇ ਦਾ ਜਾਨ ਕੀ ਹੋ ਗਿਆ ਤੁਹਾਨੂੰ ਮਾਲ ਦੀ ਤੁਸੀਂ ਟੈਨਸ਼ਨ ਨਾ ਲਵੋ ਮੈਂ ਬੈਠੀ ਆ ਤੁਹਾਡਾ ਮਾਲ ਸਾਹਮਣੇ ਤੁਸੀਂ ਵਹਰੋ ਤੇ ਸਹੀ ਹਾਂ ਜੀ ਇੱਥੇ ਕੌਣ ਹੋਏਗਾ ਉਹ ਇੱਥੇ ਕੌਣ ਹੋਏਗਾ ਤੇਰੀਗਾ ਉਹ ਫਿਰ ਕੌਣ ਹੋਏਗਾ ਮੈਂ ਹੈਗੀ ਆ ਨਾ ਤੇ ਇਸ ਕਮਰੇ ਦੇ ਵਿੱਚ ਅਮੀ ਆ ਬੋ ਆ ਜਾਣਗੇ ਐਸ ਕਮਰੇ ਦੇ ਵਿੱਚ ਛੋਟੀ ਨੇ ਵੱਡਾ ਛੰਡਾ ਹੁੰਦਾ ਉਹ ਆ ਜਾਏਗੀ ਤੇ ਉੱਪਰਲੇ ਕਮਰੇ ਦੇ ਵਿੱਚ ਭਰਾ ਭਰ ਜਾਈ ਆ ਜਾਣਗੇ ਤੇ ਮੈਂ ਇੱਥੇ ਲੌਂਡਰ ਦੇ ਵਿੱਚ ਬਈ ਰਾਂਗੀ ਮੇਰੀ ਕੀ ਹਾਲ ਹੈ ਯਾਨੀ ਕਿ ਮੈਂ ਆ ਗਿਆ ਇੱਕ ਪੰਜਰ ਤੋਂ ਦੁਖੀ ਸਾ ਤੂੰ ਸਾਰੇ ਕੰਜਰ ਬਣਾ ਲਿਆ ਕਿਹੜੇ ਪੰਜਰਾਂ ਦੀ ਗੰਦ ਕੰਗੜੇ ਕਿਹੜੇ ਕੰਧਨਾਂ ਦੀ ਕਿਹੜੇ ਕਿਹੜੇ ਤੇਰੇ ਪਿਛੇ ਆਦੀ ਕਿਹੜੇ ਕਿਹੜੇ